बेताशा उपर चढ़ गए साढ़े उपर चढ़ गए कंजर साढ़े ਤੁਸੀਂ ਕਦੋਂ ਅੱਜ ਤੁਸੀਂ ਤੁਸੀਂ ਅੱਜ ਪਹੁੰਚੇ ਸੀ ਪਟਿਆਲੇ ਜਾਂ ਪਹਿਲਾਂ ਆਏ ਹੋਏ ਸੀ ਪਟਿਆਲੇ ਅਸੀਂ ਕੱਲ ਆਏ ਸੀਗੇ ਕੱਲ ਦੁਪਹਿਰ ਨੂੰ ਤੁਸੀਂ ਕੱਲ ਦੇ ਉੱਥੇ ਰਹਿ ਰਹੇ ਸੀ ਉਸੇ ਘਰ 'ਚ ਰਹਿ ਰਹੇ ਸੀਗੇ ਉਸੇ ਰਹਿ ਰਹੇ ਸੀਗੇ ਉਸ ਤੋਂ ਵੀ ਲੜ ਰਹੀਆਂ ਸੀ ਇੱਕ ਮਿੰਟ ਜਰਾ ਹੈਲੋ ਕਹਿੰਦੀ ਮਾਰਨ ਨੂੰ ਜੇ ਹੱਥ ਦੱਸਣੇ ਦੇ ਇਕੱਠੇ ਹੋ ਜਾਂਦੇ ਰਿਸ਼ਤੇਦਾਰ ਸਾਰੀ ਗਲੀ ਸੜੀ ਰਿਸ਼ਤੇਦਾਰਾਂ ਦੀ ਹੈਗੀ ਹੈ ਚਾਬੀ ਜਾਣ ਪੁੱਛ ਕੇ ਕਿਉਂ ਨਹੀਂ ਦੇ ਕੇ ਜਾਂਦੀ ਪਿਛਲੀ ਤੋਂ ਪਿਛਲੀ ਵਾਰ ਅਸੀਂ ਰਾਤ ਦੇ 12 ਵਜੇ ਤੱਕ ਬਾਹਰ ਬੈਠੇ ਰਹੇ ਜਿਸ ਦੀ ਕਿ ਕੰਪਲੇਂਟ ਪੁਲਿਸ 'ਚ ਦਰਜ ਹੈ ਮੇਰੀ ਬੇਟੀਆਂ ਨੂੰ ਕੁਛ ਵੀ ਸੈਪਨਿੰਗ ਹੋ ਜਾਂਦੀ ਮੇਰੇ ਨਾਲ ਵੀ ਸੈਪਨਿੰਗ ਹੋ ਜਾਂਦੀ ਉਹ ਕੁਛ ਕੋਈ ਚੀਜ਼ ਨਹੀਂ ਸੀ ਕਿਸੇ ਮਾਇਨੇ ਸੀ ਜੇ ਉਹਦਾ 20 ਰੁਪਏ ਦਾ ਤਾਲਾ ਅਸੀਂ ਤੋੜਿਆ ਤਾਂ ਉਹ ਮਾਇਨੇ ਲੱਗਦਾ ਸੀ ਮੈਂ ਮੋਤੀ ਚਾਹੁੰਦੇ ਕਿ ਹੋ ਤੁਸੀਂ ਚਾਹੁੰਦੇ ਕੀ ਹੈ ਚਾਹੁੰਦੇ ਆ ਕਿ ਸਾਡਾ ਜਿਹੜਾ ਕਮਰਾ ਸਾਨੂੰ ਦੇਣ ਜਪਿੰਦਰ ਕੁਮਾਰ ਮੀਨਾ ਰਾਣੀ ਸ਼ਕੁੰਤਲਾ ਰਾਣੀ ਹੇਮਾ ਰਾਣੀ ਗੀਤੂ ਰਾਣੀ ਜੀਤੂ ਗੀਤੂ ਦਾ ਘਰ ਵਾਲਾ ਸ਼ਸ਼ੀ ਦਾ ਘਰ ਵਾਲਾ ਮੈਨੂੰ ਉਹਦਾ ਨਾਮ ਕਿੱਥੇ ਕਿਹੜੀ ਜਗ੍ਹਾ ਤੇ ਰਹਿੰਦੇ ਜੀ ਸਾਰੇ ਇੱਥੇ ਦੇ ਲੋਕਲ ਬੰਦੇ ਹੈਗੇ ਆ ਸਾਰੇ ਜਣੇ ਜੇ ਤੁਸੀਂ ਕਿੱਥੋਂ ਆਏ ਵਾਰਡ ਨੰਬਰ ਚੰਡੀਗੜ੍ਹ ਜੀਰਕਪੁਰ ਤੋਂ ਆਏ ਹਾਂ ਅਸੀਂ ਜੀਰਕਪੁਰ ਤੋਂ ਮੈਂ ਤਾਂ ਮਕਾਨ ਨੂੰ ਜਾ ਕੇ ਰੋ ਰਹੀ ਹਾਂ ਸਾਰੀ ਮੀਡੀਆ ਵਿੱਚ ਆਏ ਕਿ ਇਹਦੇ ਮਾਮਲਾ ਕੀ ਹੈ ਤੁਸੀਂ ਇਹਦੀ ਮਾਮਲਾ ਪ੍ਰਾਪਰਟੀ ਦਾ ਵੀ ਨਹੀਂ ਹੈ ਪ੍ਰਾਪਰਟੀ ਦਾ ਹੈ ਵੀ ਮੇਰੇ ਮੰਮੀ ਡੈਡੀ ਦਾ ਮਕਾਨ ਹੈਗਾ ਅਸੀਂ ਜਦੋਂ ਆਂਦੇ ਨਾ ਸਾਨੂੰ ਮਾਰਦੇ ਕੁੱਟਦੇ ਨੇ ਮੈਂ ਹੁਣ ਵੀ ਸਾਰਾ ਕੁਝ ਫਰਿੱਜੀ ਦੇਖੋ ਸਾਰਾ ਕੁਝ ਮੈਂ ਆਪਣਾ ਲਿਆਈ ਹੈ ਕਿ ਹਮੇਸ਼ਾ ਆਪਣਾ ਲਿਆ ਤੁਸੀਂ ਉਰੇ ਆ ਕੇ ਸੜਕ ਤੇ ਸੜਕ ਬਲੌਕ ਕੀਤੀ ਹੈ ਤੁਸੀਂ ਪੁਲਿਸ ਥਾਣੇ 'ਚ ਕੋਈ ਕੰਪਲੇਂਟ ਕੀਤੀ ਪਹਿਲਾਂ ਹਾਂਜੀ ਮੈਂ 112 ਨੰਬਰ ਤੇ ਵੀ ਕਰ ਦਿੱਤੀ ਉਸ ਤੋਂ ਪਹਿਲਾਂ 116 ਇਸ ਤੋਂ ਪਹਿਲਾਂ ਵੀ ਕਰ ਚੁੱਕੀ ਆ ਪਰ ਇਹ ਹਮੇਸ਼ਾ ਮਾਮਲਾ ਇਸ ਤਰ੍ਹਾਂ ਇਸ ਤਰ੍ਹਾਂ ਕਰ ਦਿੰਦੇ ਆ ਕਿ ਸਾਰੇ ਮਾਮਿਆਂ ਦੇ ਵੱਲ ਮਾਮਿਆਂ ਦੀ ਜਾਣ ਪਛਾਣ ਵਗੈਰਾ ਕੀ ਆ ਉਸ ਤਰ੍ਹਾਂ ਆ ਗਿਆ ਤਾਂ ਫਿਰ ਗ੍ਰੇਲੂ ਮਾਮਲਾ ਗ੍ਰੇਲੂ ਵਾਲੇ ਉਹ ਕਰਦੇ ਨਹੀਂ ਆ ਤੁਹਾਡੇ ਨਾਲ ਜਿਹੜੀ ਕੁੱਟਮਾਰ ਹੋਈ ਹੈ ਉਰੇ ਪਟਿਆਲੇ ਹੋਈ ਹੈ ਜਿਰਕਪੁਰ ਪਟਿਆਲੇ ਤ੍ਰਿਪੜੀ 'ਚ ਹੋਈ ਹੈਗੀ ਆ ਪਟਿਆਲੇ ਤ੍ਰਿਪੜੀ 'ਚ ਹੋਈ ਹੈ ਕਿਸ ਜਗ੍ਹਾ ਤੇ ਕੋਈ ਐਡਰੈਸ ਹੈ ਤੁਹਾਡੇ ਕੋਲ 434 ਹਾਊਸ ਨੰਬਰ ਗਲੀ ਨੰਬਰ 5 ਗੋਲਗੱਪਾ ਚੌਕ ਨੇੜੇ ਚਿੱਕਲੀ ਤ੍ਰਿਪੜੀ ਟਾਊਨ ਪਟਿਆਲਾ ਹਾਂਜੀ ਉੱਥੇ ਜਤਿੰਦਰ ਕੁਮਾਰ ਨੇ ਮੀਨਾ ਰਾਣੀ ਨੇ ਸ਼ਕੁੰਤਲਾ ਰਾਣੀ ਨੇ ਹੇਮਾ ਰਾਣੀ ਨੇ ਗੀਤੂ ਰਾਣੀ ਨੇ ਗੀਤੂ ਦੇ ਘਰ ਵਾਲੇ ਜੀਤੂ ਨੇ ਸ਼ਸ਼ੀ ਦੇ ਘਰ ਵਾਲੇ ਜੋ ਕਿ ਮੇਰੇ ਚਾਚੀ ਜਾਂ ਜਵਾਈ ਹੈਗਾ ਸ਼ੀਲੋ ਚਾਚੀ ਦਾ ਜਵਾਈ ਆ ਉਹਨੇ ਸਾਨੂੰ ਬੇਤਾਸ਼ਾ ਉੱਪਰ ਚੜ੍ਹ ਗਏ ਸਾਡੇ ਉੱਪਰ ਚੜ੍ਹ ਗਏ ਕੰਜਰ ਸਾਡੇ ਤੁਸੀਂ ਕਦੋਂ ਅੱਜ ਤੁਸੀਂ ਅੱਜ ਪਹੁੰਚੇ ਸੀ ਪਟਿਆਲੇ ਜਾਂ ਪਹਿਲਾਂ ਆਏ ਹੋਏ ਸੀ ਪਟਿਆਲੇ ਅਸੀਂ ਕੱਲ ਆਏ ਸੀਗੇ ਕੱਲ ਦੁਪਹਿਰ ਨੂੰ ਤੁਸੀਂ ਕੱਲ ਦੇ ਉੱਥੇ ਰਹਿ ਰਹੇ ਸੀ ਉਸੇ ਘਰ 'ਚ ਰਹਿ ਰਹੇ ਸੀਗੇ ਉਸੇ ਰਹਿ ਰਹੇ ਸੀਗੇ ਉਸ ਤੋਂ ਵੀ ਲੜ ਰਹੀਆਂ ਸੀ ਸੀ ਕਿਉਂਕਿ ਉਹਨੇ ਨਾ ਘਰ 'ਚ ਕੋਈ ਪਾਠ ਪੂਠ ਲਿਖਾਇਆ ਹੋਇਆ ਉਸਦੇ ਕਾਰਨ ਉਹ ਪ੍ਰਪੰਚ ਕਰ ਕਰਕੇ ਦਿਖਾਉਂਦੀ ਰਹੀ ਲੋਕਾਂ ਦੇ ਸਾਹਮਣੇ ਕਦੀ ਉਹ ਲਿਆਏ ਕਦੀ ਪ੍ਰਸ਼ਾਦ ਗਰਮ ਕਿ ਅਸੀਂ ਨਹੀਂ ਖਾਂਦੇ ਹੈਗੇ ਜਿਹੜੀ ਹੈ ਸਾਡੇ ਮੂੰਹ ਦੀਆਂ ਰੋਟੀਆਂ ਖੋ ਲੈਂਦੀ ਹੈ ਮੇਰੇ ਬੱਚਿਆਂ ਨੂੰ ਬਦਦੁਆਵਾਂ ਦਿੰਦੀ ਹੈ ਹਮੇਸ਼ਾ ਕਹਿੰਦੀ ਹੈ ਮੇਰੀ ਘਰ ਵਾਲੇ ਦੇ ਨਾਲ ਨਹੀਂ ਬਣਦੀ ਮੇਰੀ ਤੁਹਾਡਾ ਰਿਲੇਸ਼ਨ ਕੀ ਹੈ ਇਹਨਾਂ ਦੇ ਨਾਲ ਉਹ ਮੇਰੀਆਂ ਸਗੀਆਂ ਭੈਣਾਂ ਮੇਰੇ ਮੰਮੀ ਡੈਡੀ ਦਾ ਘਰ ਹੈ ਉਹ ਮੇਰੇ ਮੰਮੀ ਡੈਡੀ ਦਾ ਘਰ ਹੈ ਜੋ ਕਿ 10-12 ਸਾਲ ਪਹਿਲਾਂ ਮਰ ਚੁੱਕੇ ਨੇ ਮੇਰੇ ਡੈਡੀ ਵੀ ਮੈਨੂੰ ਕਹਿੰਦੇ ਸੀ ਬਣਾ ਦੇਵਾਂਗਾ ਮਕਾਨ ਪਰ ਇਹ ਕਲੇਸ਼ ਨਾ ਕਲੇਸ਼ ਬਹੁਤ ਕਰਾਉਂਦੀਆਂ ਨੇ ਵੀ ਤੈਨੂੰ ਦੇਣਾ ਨਹੀਂ ਚਾਹੁੰਦੀਆਂ ਹੈਗੀਆਂ ਕੁਛ ਵੀ ਕਿਉਂਕਿ ਸਾਡੀ ਲਵ ਮੈਰਿਜ ਸੀ ਸ਼ੁਰੂ ਤੋਂ ਕਲੇਸ਼ ਕਰਾਉਂਦੀਆਂ ਨੇ ਅਸੀਂ ਕਦੀ ਵੀ ਨਾ ਕੋਈ ਦਹੇਜ ਲਿਆ ਸੀ ਨਾ ਕੁਛ ਕੀਤਾ ਸੀ ਕਦੀ ਮੰਮੀ ਡੈਡੀ ਨੂੰ ਤੰਗ ਨਹੀਂ ਕਰਿਆ ਸੀ ਭੈਣਾਂ ਨੇ ਅਸੀਂ ਹਮੇਸ਼ਾ ਸੋਚਦੇ ਸੀ ਮੈਂ ਮਾਤਾ ਪਿਤਾ ਇਹਨਾਂ ਦੇ ਦੁੱਖਾਂ ਤੋਂ ਇੰਨੇ ਦੁਖੀ ਨੇ ਵੀ ਅਸੀਂ ਦੁੱਖ ਨਹੀਂ ਦੇਵਾਂਗੇ ਅਸੀਂ ਆਪਣੇ ਜਿਵੇਂ ਤੁਸੀਂ ਕਹਿੰਦੇ ਤੁਹਾਡੀਆਂ ਭੈਣਾਂ ਨੇ ਉਹ ਜਗ੍ਹਾ ਤੁਹਾਨੂੰ ਨਹੀਂ ਦੇ ਰਹੇ ਹੈਗੇ ਕੋਈ ਇਸ ਤੇ ਤੁਸੀਂ ਪਹਿਲਾਂ ਕੋਰਟ ਕੇਸ ਜਾਂ ਕੋਈ ਕੀਤਾ ਜੀ ਮੈਂ ਕੋਰਟ ਮੈਂ ਨਾ ਕਦੇ ਪੁਲਿਸ 'ਚ ਜਾਣਾ ਚਾਹੁੰਦੀ ਸੀ ਨਾ ਕੋਰਟ 'ਚ ਪੁਲਿਸ 'ਚ ਵੀ ਉਹਨਾਂ ਨੇ ਹੀ ਕੰਪਲੇਂਟ ਕਰਾਈ ਕਿਉਂਕਿ ਇੱਕ ਦਿਨ ਮੈਂ ਆਈ ਸੀਗੀ ਤਾਂ ਨਾ ਹਮੇਸ਼ਾ ਜਦ ਵੀ ਆਉਂਦੇ ਤਾਂ ਤਾਲੇ ਲਗਾ ਕੇ ਭੱਜ ਜਾਂਦੇ ਆ ਇੱਕ ਦਿਨ ਬੜੀ ਮੁਸ਼ਕਿਲ ਨਾਲ ਅਸੀਂ ਇਸ ਤੋਂ ਚਾਬੀ ਲਈ
ਤੇ ਖੋਲੇ ਤੇ ਇਤਨਾ ਬਹੁਤ ਟਰੰਕ ਪਿਆ ਸੀ ਮੰਮੀ ਦਾ ਮੈਂ ਖੋਲਿਆ ਫਿਰ ਮੈਂ ਵੀ ਦੇਖੀ ਉਸ ਨੂੰ ਤਿੰਨ ਟੋਪਸ ਪਈ ਸੀ ਮੈਂ ਨਾ ਕੱਟ ਕੇ ਨਾਲ ਲੈ ਗਈ ਉਦੋਂ ਇਹਨੇ ਸਿਰਫ 2 ਘੰਟਿਆਂ ਦੇ ਅੰਦਰ ਅੰਦਰ ਟੋਪਸਾਂ ਦਾ ਪਤਾ ਲੱਗ ਗਿਆ ਜ਼ਿੰਦਗੀ ਭਰ ਸਾਡਾ ਦੱਬਿਆ ਹੋਇਆ ਹਿੱਸਾ ਉਹ ਨਹੀਂ ਪਤਾ ਲੱਗਿਆ ਜਦ 2 ਘੰਟਿਆਂ ਦੇ ਅੰਦਰ ਹੀ ਇਹਨਾਂ ਨੇ ਨਾ ਸਾਡੀ ਪੁਲਿਸ 'ਚ ਕੰਪਲੇਂਟ ਕਰਾ ਦਿੱਤੀ ਫਿਰ ਪੁਲਿਸ ਵਾਲਿਆਂ ਨੇ ਸਾਨੂੰ ਕਿਹਾ ਵੀ ਨਹੀਂ ਆਓ ਜਲਦੀ ਨਹੀਂ ਤਾਂ ਤੁਹਾਨੂੰ ਫੜ ਕੇ ਤੁਹਾਡੇ ਕੋਲ ਕਿੰਨੇ ਬੱਚੇ ਹੁਣ ਮੇਰੀ 2 ਬੇਟੀਆਂ ਹੈਗੀਆਂ ਹੁਣ ਜਿਹੜਾ ਇਨਸੀਡੈਂਟ ਵਾਪਰਿਆ ਕਿੱਥੇ ਵਾਪਰਿਆ ਹੁਣ ਇਹ ਤ੍ਰਿਪੜੀ ਦੇ ਵਿੱਚ ਵਾਪਰਿਆ ਹੈਗਾ ਆ ਤ੍ਰਿਪੜੀ ਦੇ ਵਿੱਚ ਕਿੱਥੇ ਹਾਊਸ ਨੰਬਰ 434 ਸਟਰੀਟ ਨੰਬਰ 5 ਗਲੀ ਨੰਬਰ ਇੱਕ ਮਾਮਲਾ ਆਇਆ ਮੈਂ ਕੱਲ 2 ਲੇਡੀਜ਼ ਵੱਲੋਂ ਲੜਾਈ ਹੋਤੀ ਹੈ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਮਾਮਲਾ ਕੀ ਹੈ ਇਹ ਘਰੇਲੂ ਝਗੜਾ ਇਹਨਾਂ ਦਾ ਇਹ 5 ਭੈਣਾਂ 5 ਭੈਣ ਤੇ ਇੱਕ ਭਰਾ ਹੈਗਾ ਇਹਨਾਂ ਦੇ ਮਾਂ ਪਿਓ ਮਰੇ ਹੋਏ ਨੇ ਤੇ ਇਹਨਾਂ ਦਾ ਇੱਕ ਇੱਥੇ ਮਕਾਨ ਪਿਆ ਗੋਲਗੱਪਾ ਚੌਂਕ ਦੇ ਕੋਲ ਜਿਹਦੇ ਪਿੱਛੇ ਇਹ ਹਿੱਸੇ ਲੈਣ ਪਿੱਛੇ ਲੜ ਰਹੇ ਨੇ ਤੇ ਅੱਜ ਸਾਨੂੰ ਕਾਰਨ ਮਿਲੀ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦਰਖਾਸਤ ਆਈ ਸੀ ਜਿਹਨਾਂ ਕਰਕੇ ਇਹਨਾਂ ਨੇ ਟਾਈਮ ਲਿਆ ਸੀ ਪਰ ਇਹ ਅੱਜ ਫੇਰ ਆਪਸ 'ਚ ਲੜਾਈ ਝਗੜਾ ਕਰ ਲਿਆ ਇਹਨਾਂ ਨੇ ਜਿਹਨਾਂ ਦੀ ਅਸੀਂ ਰੋਕੂ ਕਾਰਵਾਈ 57 ਕਰ ਰਹੇ ਹਾਂ ਦੋਨਾਂ ਧਿਰਾਂ ਦੀ ਬਾਕੀ ਇਹ ਮਾਮਲਾ ਜਿਹੜਾ ਇਹ ਹਿੱਸਾ ਬਦਲੇ ਇਹ ਕੋਰਟ ਮਾਨ ਜੋ ਕੋਰਟ ਅਦਾਲਤ ਦਾ ਹੈਗਾ ਇਹਦੇ 'ਚ ਅਸੀਂ ਉਹ ਨਹੀਂ ਕਰਦੇ ਅਦਾਲਤ ਹਿੱਸਾ ਦਵਾ ਸਕਦੀ ਹੈ ਅਸੀਂ ਰੋਕੂ ਕਾਰਵਾਈ ਲੜਾਈ ਝਗੜੇ ਦੀ 57 ਕਰ ਇਹ ਜਿਹੜੀਆਂ ਪੈਣਾ ਕਿੰਨੇ ਟੋਟਲ ਪੈਣਾ ਹੈ ਕੱਲ ਇਹ ਟੋਟਲ ਹੈਗੀਆਂ ਨੇ ਇਹ 5 ਭੈਣਾਂ ਤੇ ਇੱਕ ਭਰਾ ਹੈ ਤੇ ਸਾਰੇ ਬਰਾਬਰ ਦਾ ਹਿੱਸਾ ਮੰਗਦੇ ਆ ਸਾਰੇ ਬਰਾਬਰ ਦਾ ਹਿੱਸਾ ਮੰਗਦੇ ਨੇ ਇਹ ਬੈਠ ਕੇ ਆਪਸ ਇੱਕ ਦੂਜੇ ਨਾਲ ਰਾਜੀਨਾਮੇ ਨਾਲ ਨਹੀਂ ਕਰਦੇ ਇੱਕ ਲੜ ਲੜਾਈਆਂ ਜ਼ਿਆਦਾ ਕਰਦੇ ਨੇ ਹਿੱਸਾ ਇਹਨਾਂ ਨੂੰ ਕਿਹਾ ਹਦਾਇਤ ਕੀਤੀ ਵੀ ਆਪਣਾ ਅਦਾਲਤ ਵਿੱਚ ਜਾ ਕੇ ਆਪਣਾ ਚਾਰਾ ਜੋ ਇੱਕ ਮਹਿਲਾ ਦੇ ਉੱਤੇ ਸੱਟਾਂ ਦੇ ਵੀ ਸੌਟ ਆਏ ਸੱਟਾਂ ਦੇ ਵੀ ਨਿਸ਼ਾਨ ਹੈਗੇ ਕੀ ਉਹ ਸੱਟਾਂ ਦੇ ਆ ਕੇ ਇਹਨਾਂ ਜਦੋਂ ਥੋੜ੍ਹੀ ਬਹੁਤੀ ਹੱਥ ਪਾਈ ਹੋਈ ਆ ਅੱਖ ਦੇ ਨੀਚੇ ਥੋੜ੍ਹੀ ਜਿਹੀ ਝਰੀਟ ਆ ਕੋਈ ਐਡੀ ਸੱਟ ਨਹੀਂ ਹੈਗੀ ਵੀ ਬਹੁਤ ਜ਼ਿਆਦਾ ਸੱਟ ਕੋਈ ਇਹੋ ਜਿਹੀ ਸੱਟ ਨਹੀਂ ਹੈਗੀ ਹੱਥ ਪਾਈ ਥੋੜ੍ਹਾ ਜਿਹਾ ਇਹਦੇ ਜਾਂ ਅੱਖ ਦੇ ਨੀਚੇ ਥੋੜ੍ਹਾ ਜਿਹਾ ਬਸ ਉਹ ਆ ਆਪਾਂ ਚ ਦੋਨੋਂ ਭੈਣ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਮੌਲਾਨਾ ਅਬਦੁਲ ਜੀ ਸੰਪਰਕ ਕਰੋ 76967 96 275 ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਹ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਮੌਲਾਨਾ ਅਬਦੁਲ ਜੀ 76967 96 275